ਉਪਰੀ ਹਵਾਂਚੋਂ ਬਲਦੇਵ ਸਿੰਘ ਢਾਲੀਵਾਲ ਦੀ ਕਹਾਣੀ ਹੈ ਫੈਸਲਾ ਛੱਪੜ ਦੇ ਕੰਡੇ ਬਾਬੇ ਦੇ ਜੰਡ ਤੇ ਦਿਓ ਕਦ ਪਿੱਪਲ ਦੀ ਰਲਵੀ ਮਿਲਵੀ ਸੰਘਣੀ ਛਾਂ ਹੇਠਾਂ ਸੱਤ ਚ ਜੁੜੇ ਲੋਕ ਭੰਬਲਪੂਸੇ 'ਚ ਪਏ ਬੈਠੇ ਸਨ ਕੋਈ ਫੈਸਲਾ ਨਹੀਂ ਸੀ ਹੋ ਰਿਹਾ ਕਿ ਬਾਬੇ RAMਦੇਵ ਦੇ ਫੁੱਲ ਗੰਗਾ ਪਾਏ ਜਾਣ ਕਿ ਕੀਰਤਪੁਰ ਲੋਕ ਫੈਸਲੇ ਦੀ ਉਡੀਕ 'ਚ ਸਰਪੰਚ ਬਲੀ ਸਿੰਘ ਵੱਲ ਵੇਖ ਰਹੇ ਸਨ ਪਰ ਉਹ ਖੁਦ ਨੀਵੀਂ ਪਾਈ ਨਿੰਮੂ ਝੂਣਾ ਜਿਆ ਹੋਇਆ ਬੈਠਾ ਸੀ ਜੀਵਨ ਬਹੁਤ ਹੀ ਬੇਬਸ ਹੋਵੇ ਉਹਦੀ ਚੁੱਪ ਸਭ ਨੂੰ ਆਕਾਰ ਰਹੀ ਸੀ ਇੱਕ ਦੋ ਦਿਨ ਪਹਿਲਾਂ ਤੱਕ ਸਭ ਕੁਝ ਠੀਕ ਠਾਕ ਸੀ ਬਾਬੇ RAMDEEP ਦਾ ਮੁੰਡਾ ਦਰਸ਼ਨ ਦਾਸ ਤੇ ਜ਼ੈਲਦਾਰ ਵਿਸ਼ਨ ਸਿੰਘ ਹਰਦوار ਫੁੱਲ ਲੈ ਕੇ ਜਾਣ ਦੀ ਤਿਆਰੀ ਵੀ ਕਰ ਚੁੱਕੇ ਸੀ ਬਸ ਸੰਗ੍ਰਾਂਤ ਤੋਂ ਇੱਕ ਦਿਨ ਪਹਿਲਾਂ ਤੁਰਨਾ ਹੀ ਸੀ ਕਿ ਰਾਤੋਂ ਰਾਤ ਜਿੰਨੇ ਮਹੋਨੀਆਂ ਗੱਲਾਂ ਹੋਣ ਲੱਗ ਪਈਆਂ ਸਨ ਪਿੰਡ ਦਾ ਇੱਕ ਧੜਾ ਇਹ ਜ਼ਿੱਦ ਕਰਨ ਲੱਗ ਪਿਆ ਸੀ ਕਿ ਫੁੱਲ ਕੀਰਤਪੁਰ ਪਾਉਣੇ ਇਹਨਾਂ ਚ ਸਭ ਤੋਂ ਅੱਗੇ ਨਵਰੂਪ ਸਿੰਘ ਖਾਲਸਾ ਸੀ ਤੇ ਉਹਦੀ ਹਿਮਾਇਤੀ ਕੁ ਜੱਟਾਂ ਦੇ ਘਰ ਸਨ ਉਹਨਾਂ ਦੇ ਜ਼ਿੱਦ ਕਰਨ ਕਰਕੇ ਜੇਲ੍ਹਦਾਰ ਹੋਰਾਂ ਨੂੰ ਰੁਕਣਾ ਪਿਆ ਤੇ ਸਰਪੰਚ ਨੂੰ ਇਹ ਸਾਂਝਾ ਮਾਮਲਾ ਇਕੱਠ ਚ ਲਿਆਉਣਾ ਪਿਆ ਸੀ ਪਿਛਲੇ ਦਿਨੀ ਬਾਬਾ RAMਦੇਵ ਗੁਜ਼ਰੇ ਸੀ ਤਾਂ ਜਿਵੇਂ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ ਕਿ ਪੂਰੇ ਪਿੰਡ ਦੇ ਸਾਂਝੇ ਜੀ ਸਮਝੇ ਜਾਂਦੇ ਬਾਬੇ ਦੀ ਪੱਗ ਨੂੰ ਦੋ ਧਿਰਾਂ ਯੋਂ ਕੰਨੀਆਂ ਤੋਂ ਫੜ ਕੇ ਖਿੱਚਣ ਗਈਆਂ ਤੇ ਲੀਰਾਂ ਲੀਰਾਂ ਲਈ ਪੱਗ ਨੂੰ ਪੈਰਾਂ 'ਚ ਰੋਲਣ ਗਈਆਂ ਬਾਬੇ ਦੀ ਮਹਿਮਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲੱਗਦਾ ਸੀ ਕਿ ਉਹਦੇ ਮਰਤਕ ਦੇ ਉੱਤੇ ਪੂਰਾ ਸੌ ਖੇਸ ਪਿਆ ਸੀ ਕਈ ਤਕੜੇ ਘਰਾਂ ਨੇ ਕੰਬਲ ਪਾਏ ਸਨ ਤੇ ਜ਼ੈਲਦਾਰ ਬਿਸ਼ਨ ਸਿੰਘ ਨੇ ਆਪਣੇ ਜਿਗਰੀ ਯਾਰ ਉੱਤੇ ਮਹਿੰਗੇ ਮੁੱਲ ਦਾ ਦੁਸ਼ਾਲਾ ਪਾਇਆ ਸੀ ਬਾਬੇ ਦੀ ਅਰਥੀ ਪਿੱਛੇ ਲੋਕਾਂ ਦੀ ਕਤਾਰ ਇੰਨੀ ਲੰਮੀ ਸੀ ਕਿ ਸਿਵਿਆਂ ਤੋਂ ਪਿੰਡ ਤੱਕ ਅੱਧੇ ਮੀਲ ਤੱਕ ਫੈਲ ਗਈ ਸੀ ਪਿੱਛੋਂ ਅਖੰਡ ਪਾਠ ਦੇ ਭੋਗ ਤੋਂ ਬਾਅਦ ਪਿੰਡ 'ਚ ਗਦੌੜਾ ਫੇਰਿਆ ਗਿਆ ਸੀ ਸਭ ਗਰੀਬ ਗੁਰਵੀ ਵੀ ਪ੍ਰਸੰਨ ਹੋ ਗਏ ਸੀ ਬਾਬੇ ਨੂੰ ਵੱਡਾ ਕਰਨ ਲਈ ਸਾਰਾ ਪਿੰਡ ਇੱਕ ਮਤ ਹੋ ਕੇ ਜੁਟ ਗਿਆ ਸੀ ਬਾਬੇ ਨੂੰ ਸੋਨੇ ਦੀ ਪੌੜੀ ਚੜਾਉਣ ਵਾਲੀ ਰੀਤ ਵਿੱਚ ਸਾਰਿਆਂ ਨੇ ਵਿੱਦ ਮੁਜਬ ਹਿੱਸਾ ਪਾਇਆ ਸੀ ਇਸ ਸਾਰੇ ਕਾਰਜ ਵਿੱਚ ਬਾਬੇ RAM ਦੇਵ ਦਾ ਧਰਮਪ੍ਰਾਪੜਿਆ ਜ਼ੈਲਦਾਰ ਵਿਸ਼ਨ ਸਿੰਘ ਤੇ ਪਿੰਡ ਦੀ ਰਾਜਨੀਤੀ 'ਚ ਉੱਭਰ ਰਿਹਾ ਨਵਾਂ ਮੁੰਡਾ ਨਵਰੂਪ ਸਿੰਘ ਖਾਲਸਾ ਮੂਰੇ ਲੱਗੇ ਸਨ ਆਪਣੇ ਭਤੀਜੇ ਬਲੀ ਸਿੰਘ ਤੋਂ ਸਰਪੰਚੀ ਦੀ ਚੋਣ ਹਾਰ ਜਾਣ ਪਿੱਛੋਂ ਵਿਸ਼ਨ ਸਿੰਘ ਪਿੰਡ ਦੀ ਸਿਆਸਤ ਤੇ ਹੋਰ ਕਮਾਂਕਾਰਾਂ ਤੋਂ ਲੰਬੇ ਹੋ ਗਿਆ ਸੀ ਤੇ ਸਾਰਾ ਦਿਨ ਘਰੇ ਮੰਜਾ ਢਾਕੇ ਪਿਆ ਰਹਿੰਦਾ ਸੀ ਪਰ ਬਾਬੇ RAMDEV ਦੀ ਹਰੇਕ ਰਸਮ 'ਚ ਬਿਸ਼ਨ ਸਿੰਘ ਨੇ ਆਪਣੇ ਪੁਰਾਣੇ ਜੋਸ਼ ਨਾਲ ਹੀ ਹਿੱਸਾ ਲਿਆ ਸੀ ਸਾਰਾ ਪਿੰਡ ਇੱਕ ਮਤ ਹੋ ਕੇ ਉਹਦੇ ਪਿੱਛੇ ਲੱਗ ਗਿਆ ਸੀ ਸਰਪੰਚ ਬਲੀ ਸਿੰਘ ਨੂੰ ਮਜਬੂਰੀ ਵਸ ਇਸ ਪੁੰਨ ਦੇ ਕੰਮ ਤੋਂ ਪਾਸੇ ਰਹਿਣਾ ਪਿਆ ਸੀ ਕਿਉਂਕਿ ਇਹਨਾਂ ਦਿਨਾਂ 'ਚ ਇੱਕ ਕੇਸ ਦੇ ਮਾਮਲੇ 'ਚ ਬੁਰੀ ਤਰ੍ਹਾਂ ਉਲਝਿਆ ਹੋਇਆ ਸੀ ਉਹਨੇ ਸ਼ਾਮਲਾਟ ਦੀ ਜ਼ਮੀਨ ਬਿਨਾਂ ਬੋਲੀ ਤੋਂ ਇੱਕ ਹਰੀਜਨ ਨੂੰ ਸਸਤੇ ਭਾਅ ਠੇਕੇ ਤੇ ਦੇ ਦਿੱਤੀ ਸੀ ਪਰ ਜਿਹੜਾ ਜੱਟ ਬਿਸ਼ਨ ਸਿੰਘ ਦੀ ਸਰਪੰਚੀ ਵੇਲੇ ਇਹ ਜ਼ਮੀਨ ਠੇਕੇ ਤੇ ਵਾਹੁੰਦਾ ਰਿਹਾ ਸੀ ਉਹਨੇ ਬਲੀ ਸਿੰਘ ਤੇ ਕੇਸ ਕਰਤਾ ਉਹਨੇ ਇਹ ਗੱਲ ਫੈਲਾ ਦਿੱਤੀ ਸੀ ਕਿ ਹਰੀਜਨ ਦੇ ਬਹਾਨੇ ਸਰਪੰਚ ਨੇ ਆਪ ਹੀ ਜ਼ਮੀਨ ਰੱਖ ਲਈ ਸੀ ਗੁੱੱਜਾ ਲੈਣ ਦੇਣ ਕਰ ਲਿਆ ਸੀ ਆਪਣੇ ਇਸ ਝਿਮੇਲੇ ਦੇ ਬਾਵਜੂਦ ਬਲੀ ਸਿੰਘ ਬਾਬੇ RAMਦੇਵ ਦੀਆਂ ਕੁਝ ਰਸਮਾਂ 'ਚ ਸ਼ਾਮਲ ਹੋਇਆ ਸੀ ਸਿਰਫ ਫੁੱਲ ਚੁਗਣ ਵਾਲੇ ਦਿਨ ਉਹਨੂੰ ਬਾਹਰ ਜਾਣਾ ਪਿਆ ਸੀ ਫਿਰ ਵੀ ਸ਼ਾਮ ਨੂੰ ਤਹਿਸੀਲੋਂ ਮੁੜਨਸਾਰ ਬਲੀ ਸਿੰਘ ਨੇ ਨਵਰੂਪ ਸਿੰਘ ਖਾਲਸੇ ਨੂੰ ਆਪਣੇ ਘਰ ਬੁਲਾ ਕੇ ਪੁੱਛਿਆ ਸੀ ਕਿ ਬਾਬੇ RAM DEEP ਦੇ ਫੁੱਲ ਪਾਉਣ ਕੌਣ ਜਾਣਗੇ ਨਾਲ ਹੀ ਇਹ ਕਿਹਾ ਸੀ ਕਿ ਜੋ ਵੀ ਜਾਏਗਾ ਉਹਦੇ ਕਿਰਾਏ-ભાੜੇ ਦਾ ਖਰਚ ਪੰਚਾਇਤ ਕਰੇਗੀ ਤੇ ਜਦੋਂ ਸਰਪੰਚ ਨੂੰ ਇਹ ਪਤਾ ਲੱਗਿਆ ਕਿ ਫੁੱਲ ਪਾਉਣ ਵਿਸ਼ਨ ਸਿੰਘ ਤੇ ਬਾਬੇ RAM DEEP ਦਾ ਮੁੰਡਾ ਦਰਸ਼ਨ ਹਰਦਵਾਰ ਜਾ ਰਿਹਾ ਤਾਂ ਉਹਨੇ ਆਪਣੀ ਚਿੰਤਾ ਖਾਲਸੇ ਨਾਲ ਸਾਂਝੀ ਕੀਤੀ ਸੀ ਖਾਲਸਾ ਜੀ ਜੇ ਕੱਲ ਨੂੰ ਬਾਬਿਆਂ ਨੇ ਆ ਕੇ ਹੱਬਦਬ ਕੀਤੀ ਤਾਂ ਫਿਰ ਮੈਨੂੰ ਫਸਾ ਕੇ ਨਿਪਰੇ ਨਾ ਹੋ ਜਿਓ ਵੇਖ ਲਓ ਉਸ ਦਿਨ ਛੋਡੇ ਸਾਹਮਣੇ ਉਰੇ 17 ਮਤੇ ਪਾਸ ਕਰਾ ਕੇ ਗਏ ਆ ਪੰਚਾਇਤ ਤੋਂ ਬ੍ਰਾਹਮਣੀ ਰੀਤਾਂ ਹਟਾਉਣ ਵਾਸਤੇ ਪੂਰਾ ਢਿੱਲ ਲਾਉਣ ਲਈ ਆਂਦੇ ਸੀ ਤਾਇਆ ਵਿਸ਼ਨ ਸਿੰਘ ਤਾਂ ਕਾਂਗਰਸੀ ਹੈ ਉਹਦੇ ਤਾਂ ਤਾਂ ਤੱਕ ਸੀਟੀ ਰਲਦੀ ਹੈ ਉਹ ਤਾਂ ਬਚ ਕੇ ਨਿਕਲ ਜਾ ਪਰ ਆਪਾਂ ਨੂੰ ਕਿਸੇ ਆਪਾਂ ਨੂੰ ਨਹੀਂ ਕਿਸੇ ਨੇ ਭੱਜਣ ਦੇਣਾ ਆਪਾਂ ਨੂੰ ਤਾਂ ਦੋਵੇਂ ਪਾਸਿਓਂ ਮਾਰ ਹੈ ਸਰਕਾਰੋਂ ਵੀ ਤੇ ਬਾਬਿਆਂ ਵੱਲੋਂ ਵੀ ਤੇ ਬਲੀ ਸਿੰਘ ਦੀ ਗੱਲ ਖਾਲਸੇ ਦੇ ਮਨ ਨੂੰ ਲੱਗੀ ਸੀ ਉਹਨੇ ਫੈਡਰੇਸ਼ਨ ਦੇ ਵਰਕਰਾਂ ਨਾਲ ਇੱਕ ਦੋ ਗੁੱਜੀਆਂ ਮੀਟਿੰਗਾਂ ਕੀਤੀਆਂ ਅੰਤ ਆਪਣਾ ਫੈਸਲਾ ਬਿਸ਼ਨ ਸਿੰਘ ਨੂੰ ਤੁਰੰਤੋ ਇੱਕ ਦਿਨ ਪਹਿਲਾਂ ਸੁਣਾ ਦਿੱਤਾ ਸੀ ਦੁਚਿੱਤੀ ਵਿੱਚ ਫਸਿਆ ਬਿਸ਼ਨ ਸਿੰਘ ਸਰਪੰਚ ਤੋਂ رائے ਲੈਣ ਗਿਆ ਤਾਂ ਉਹਨੇ ਇਹ ਗੰਭੀਰ ਮਾਮਲਾ ਕੱਠ ਵਿੱਚ ਨਜਠਣ ਦੀ ਗੱਲ ਕਹਿ ਕੇ ਆਪਣੇ ਆਪ ਨੂੰ ਦੋਹਾਂ ਧਿਰਾਂ ਤੋਂ ਹੀ اٹੰਕ ਕਰ ਲਿਆ ਸੀ ਅੱਜ ਦੇ ਕੱਠ ਚੋ ਦੀ اٹੰਕਤਾ ਉਹਦੀ ਨੀਵੀਂ ਪਾਈ ਧੌਣ ਤੇ ਚੁੱਪਚਾਪ ਨਜ਼ਰ ਆ ਰਹੀ ਸੀ ਜੇਲ੍ਹ ਦੇ ਜੇਲ੍ਹਦਾਰ ਬਿਸ਼ਨ ਸਿੰਘ ਨੇ ਇੱਕਠ ਦੀ ਬੋਝਲ ਚੁੱਪ ਤੋੜਨ ਵਾਸਤੇ ਬਲੀ ਸਿੰਘ ਨੂੰ ਬੁਲਾਉਣ ਲਈ ਜ਼ੋਰ ਦਿੱਤਾ ਸਰਪੰਚ ਸਿੰਘ ਲਾਓ ਹੁਣ ਗੱਲ ਤਣਪਤਨ ਜਾਨ ਚ ਦਿਨ ਤਾਂ ਝੁੱਗੀ ਚ ਰਹਿ ਗਿਆ ਇੱਕ ਪਰਸੋਂ ਸੰਗਰਾਮ ਦਾ ਤਾਇਆ ਮੈਂ ਕੀ ਕਹਾਂ ਜਿੰਨੇ ਮੂੰਹ ਉਨੀਆਂ ਗੱਲਾਂ ਹੋਈਆਂ ਪਈਆਂ ਤੁਸੀਂ ਸਿਆਣਿਓ ਤੁਸੀਂ ਕੋਈ ਫੈਸਲਾ ਕਰਾਓ ਲੋਕਾਂ ਤੋਂ ਸਰਪੰਚ ਨੇ ਆਪਣੀ ਟੰਕ ਤੱਕ ਕਾਇਮ ਰੱਖਦੇ ਆ ਫੈਸਲੇ ਦਾ ਮੋਆ ਸੱਪ ਫਿਰ ਵਿਸ਼ਣ ਸਿੰਘ ਦੀ ਗੱਲ ਪਾਤਾ ਇਹ ਉਹਦੀ ਅਜਮਾਈ ਵਿਧੀ ਸੀ ਕਿ ਜਿਸ ਮਸਲੇ ਤੇ ਦੋ ਧਿਰਾਂ ਬਣ ਜਾਂਦੀਆਂ ਉਸ ਮਸਲੇ ਨੂੰ ਚੁੱਪ ਰਹਿ ਕੇ ਲਟਕਾਈ ਜਾਂਦਾ ਜਿਹੜੀ ਧਿਰ ਆਪਣੇ ਲਈ ਬਧੇਰੇ ਲੋਕਾਂ ਦੀ ਹਮਾਇਤ ਪ੍ਰਾਪਤ ਕਰ ਲੈਂਦੀ ਸਰਪੰਚ ਵੀ ਮਲਕਲੇ ਮਲਕੜੇ ਜੇ ਉਧਰ ਹੀ ਹੋ ਜਾਂਦਾ ਬਈ ਭਰਾਓ ਅੰਦਰੋਂ ਅੰਦਰੀ ਖਿੱਚੜੀ ਰੈਣਾ ਨਾਲੋਂ ਆਪਣੇ ਮਨ ਦੀ ਗੱਲ ਸਰੇ ਬਾਜ਼ਾਰ ਦੱਸੋ ਤਾਂ ਕਿ ਕੋਈ ਫੈਸਲਾ ਹੋ ਸਕੇ ਜੇ ਮੇਰੇ ਮਨ ਦੀ ਪੁੱਛੋ ਤਾਂ ਇਹ ਹੈ ਕਿ ਆਪਾਂ ਸਾਰੇ ਪਿੰਡ ਦੇ ਸਾਂਝੇ ਸੰਤ ਮਹਾਤਮਾ ਬੰਦੇ ਦੀ ਪੱਗ ਇਹੋ ਮਿੱਟੀ ਚ ਨਾ ਰੋਲੀਏ ਸਾਨੂੰ ਪਤਾ ਹੈ ਵੀ ਆਪਣੇ ਪਿੰਡ ਦੇ ਪੁਰਖਿਆਂ ਦਾ ਯੋਗਾਂ ਵਾਰਿਆਂ ਤੋਂ ਹੀ ਹਰਦੁਆਰ ਦੇ ਪੰਡਤਾਂ ਕੋਲੋਂ ਵਹੀ ਖਾਤਾ ਹੈ। ਬਾਬਾ RAM DEV ਵੀ ਹੁਣ ਸਮਝੋ ਆਪਣੇ ਪਿੰਡ ਦਾ ਜੀ ਸੀ। ਉਹਨੂੰ ਗੰਗਾ ਮਾਂ ਦੀ ਧਾਰਾ ਦੇ ਸਪੁਰਦ ਕਰਕੇ ਆਪਣੇ ਵੱਡੇ-ਵਡੇਰਿਆਂ ਦੀ ਲੀਚ ਹੀ ਜਾਣਦੀ ਏ। ਨਖੇੜੀਏ ਨਾ। ਲੋਕਾਂ ਦੀ ਭੇਜ ਭਰੀ ਚੁੱਪ ਨੂੰ ਤਾੜ ਕੇ ਆਪਣੀ ਗੱਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਉਹਨੇ ਕਿਹਾ। ਬਾਬੇ ਦੀ ਅੰਸ਼ ਦੀ ਵੀ ਇਹੋ ਇੱਛਾ ਹੈ। ਪੁੱਛ ਲਓ ਭਾਵੇਂ ਤੁਹਾਡੇ ਸਾਹਮਣੇ ਬੈਠਾ। ਵਿਸ਼ਨ ਸਿੰਘ ਨੇ ਬਾਬੇ RAM DEV ਦੇ ਇੱਕ ਪੁੱਤ ਤੇ ਦੋ ਧੀਆਂ ਵੱਲ ਉਂਗਲ ਕਰਦੇ ਆ ਕਿਹਾ। ਬਾਬੇ RAMDEV ਦਾ ਪੁੱਤਰ ਕੱਠਵਲੇ ਉਨ ਝਾਕਿਆ ਜਿਵੇਂ ਕਹਿ ਰਿਆ ਹੋਵੇ ਸਾਡੀ ਵੀ ਇਹੋ رائے ਹੈ ਪਰ ਬੋਲਿਆ ਕੁਛ ਨਹੀਂ ਉਹਦੀ ਥਾਂ ਉੱਤੇ ਪਿੰਡ ਦੇ ਹਿੰਦੂਆਂ ਦੇ 10 ਘਰਾਂ ਦਾ ਮੋਰੀ ਕਿਸ਼ਨ ਚੰਦ ਸੰਖੇਪਚ ਬੋਲਿਆ ਸਿਆਣੀ ਗੱਲ ਹੈ ਬਈ ਵਿਸ਼ਨ ਸਿੰਘ ਦੀ ਮਾਹੌਲ ਮੁਤਾਬਕ ਉਹਨੇ ਆਪਣੀ رائے ਸਿੱਧੀ ਦੇਣ ਦੀ ਥਾਂ ਵਿਸ਼ਨ ਸਿੰਘ ਦੇ ਮੁੱਢੇ ਤੇ ਰੱਖ ਕੇ ਬੰਦੂਕ ਚਲੋਣੀ ਚਾਹੀ ਉਹਦੋਂ ਰਾਤ ਬਾਬਿਆਂ ਮੂਰੇ ਤਾਂ ਸਾਰਿਆਂ ਨੇ ब्राह्मणी ਰੀਤਾਂ ਬੰਦ ਕਰਨ ਦੀ ਮਿੰਟਾਂ 'ਚ ਸੌਂ ਖਾ ਲਈ ਸੀ ਤੇ ਜਿਉਂ ਭਲੇ-ਭਲੇ ਬਦਲਣਾ ਸੀ ਤਾਂ ਉਦੋਂ ਝੂਠੀ ਸੌਂ ਖਾਣ ਦੀ ਕੀ ਲੋੜ ਸੀ ਗਾਡੀ ਰਾਹ ਤਾਂ ਫਿਰ ਚੱਲੀ ਜਾਂਦੇ ਸੀ ਸਾਰੇ ਜੇ ਉਹੀ ਕਹੀ ਤੇ ਉਹੀ ਕੋਹਾੜੀ ਰੱਖਣੀ ਸੀ ਤੇ ਫਿਰ ਪੰਚਾਇਤ ਨੇ ਮਤੇ ਕਿਹੜੇ ਮੂੰਹ ਨਾਲ ਪਾਸ ਕੀਤੇ ਸੀ ਨਵਰੂਪ ਸਿੰਘ ਖਾਲਸੇ ਦੀ ਗੱਲ ਨੇ ਸਭ ਦੇ ਮੂੰਹਾਂ ਨੂੰ ਜੰਦਰੇ ਮਾਰ ਦਿੱਤੇ ਫੈਸਲਾ ਫਿਰ ਓਵੇਂ ਪ੍ਰਸ਼ਨ ਵਾਂਗੂ ਲਟਕਣ ਲੱਗ ਪਿਆ ਕਿ ਫੁੱਲ ਗੰਗਾ ਜਾਂ ਇਹੀ ਫੈਸਲਾ ਬਾਬੇ RAMਦੇਵ ਨੇ ਆਪਣੇ ਬਾਰੇ ਆਪ ਕਰਨਾ ਹੁੰਦਾ ਤਾਂ ਉਹਨੇ ਚੁਟਕੀ ਜਿੰਨੇ ਸਮੇਂ ਚ ਆਖ ਦੇਣਾ ਸੀ ਡਿੱਡੇ ਐਮ ਕਰੋ ਹੌੜੇ ਨਾਲ ਕਰਕੇ ਸਾਰੀ ਸਵਾ ਇਕੱਠੀ ਆਪਣੇ ਪਿੰਡ ਦੇ ਸੂਏ ਚ ਰੋੜਾ ਹਰੀ ਹਰ ਹਰੀ ਹਰ ਉਹ ਤਾਂ ਇੰਨਾ ਖੁਲਾਸਾ ਸੀ ਪਰ ਸ਼ਾਇਦ ਹੁਣ ਬਾਬੇ ਰਾਮਦੇਵ ਦੀ ਇਹ ਗੱਲ ਵੀ ਕੋਈ ਨਾ ਮੰਨਦਾ ਕਿਉਂਕਿ ਇਸ ਨਾਲ ਰਲਦੀ ਮਿਲਦੀ ਸਲਾਹ ਤਾਂ ਪ੍ਰੀਤੂ ਨਾਮ ਧਾਰੀ ਨੇ ਵੀ ਦਿੱਤੀ ਸੀ ਤੇ ਗਿੱਲਾਂ ਦੀ ਪੱਤੀ ਵਾਲਾ ਆਲਾ ਮੂੰਹ ਫਟੋ ਨੂੰ ਸੂਈ ਕੁੱਤੀ ਵਾਂਗ ਭੱਜ ਕੇ ਪੈ ਗਿਆ ਸੀ ਹਾਂ ਕਰਤੀ ਕਮਲੀ ਗੱਲ ਅਖੇ ਕੁੱਕੇ ਬੜੇ ਕਸੂਤੇ ਪਾਣੀ ਨਾ ਪਿੰਦੇ ਬੋਕੇ ਦਾ ਸਿਰ ਖਾਂਦੇ ਬੂਰੇ ਝੋਟੇ ਦਾ ਉਹ ਐਡੇ ਮਹਾਤਮਾ ਬੰਦੇ ਦੇ ਫੁੱਲ ਸੁਵਿਚ ਸੜਦੀਏ ਫੁੱਠੀ ਪੱਗ ਤੇ ਫੁੱਠੀ ਅਕਲ ਉਹ ਆਖੇ ਅਸੀਂ ਰਹਤੀਏ ਹੁੰਨੇ ਆ ਉਹਦੀ ਘੁਰਕੀ ਸੁਣ ਕੇ ਛੀਂਬਿਆਂ ਦਾ ਪ੍ਰੀਤੂ ਦੜਵਟ ਕੇ ਬਹਿ ਗਿਆ ਪ੍ਰੀਤੂ ਦੀ ਲਾਹ ਪਾ ਕਰਕੇ ਆਲੇ ਦੀ ਚੜ ਮੱਚੀ ਸੀ ਪਰ ਉਹ ਇਸ ਸੰਬੰਧੀ ਕੋਈ ਦਲੀਲ ਨਾ ਘਟ ਸਕਿਆ ਕਿ ਬਾਬੇ ਰਾਮਦੇਵ ਦੇ ਫੁੱਲ ਹਰਦਿਆ ਹਰਦਵਾਰ ਕਿਉਂ ਨਹੀਂ ਪਾਉਣੇ ਚਾਹੀਦੇ ਇਸ ਲਈ ਪੁੱਠੀਆਂ ਸਿੱਧੀਆਂ ਗੱਲਾਂ ਰਹੀ ਆਪਣੀ ਗੱਲ ਮੰਨਵਾਉਣ ਦਾ ਯਤਨ ਕਰਨ ਲੱਗ ਪਿਆ ਦਾਦੀਆਂ ਪਰਦਾਦਿਆਂ ਤੋਂ ਲੈ ਕੇ ਫੁੱਲ ਤਾਂ ਅਸੀਂ ਜੱਟ ਜ਼ਿਮੀਦਾਰ ਵੀ ਹਰ ਦੁਆਰੀ ਪਾਉਂਦੇ ਰਹੇ ਹਾਂ ਪਰ ਜਦੋਂ ਹੁਣ ਬਾਬਿਆਂ ਨੇ ਉਹੀ ਸ਼ਕਤੀ ਕੀਰਤਪੁਰ ਲੈ ਆਂਦੀ ਹੈ ਤਾਂ ਜ਼ਰੂਰੀ ਪਰਦੇਸਾਂ 'ਚ ਭੋਗਦੇ ਫਿਰਨਾ ਹੈ ਬਾਬਾ RAMDEV ساری ਉਮਰ ਸਾਡੇ ਨਾਲ ਜੱਟ ਜ਼ਿਮੀਦਾਰ ਬਣ ਕੇ ਰਿਹਾ ਹੁਣ ਮਰ ਕੇ ਵੀ ਸਾਡੇ ਨਾਲ ਹੀ ਰਹੂ ਆਲੇ ਦੀ ਗੱਲ ਤਾਂ ਕਿਸੇ ਨੂੰ ਖੱਟੀ ਲੱਸੀ ਜਿੰਨਾ ਸਵਾਦ ਵੀ ਨਾ ਆਇਆ ਇਸ ਲਈ ਕਿਸੇ ਨੇ ਉਹਦੀ ਗੱਲ ਵੱਲ ਬਹੁਤਾ ਧਿਆਨ ਨਾ ਦਿੱਤਾ ਉਹ ਭਾਈ ਉਹ ਲਖ ਜ਼ਿੰਮੇਦਾਰਾਂ ਨੂੰ ਰਿਹਾ ਪਰ ਉਹਦਾ ਅਸਲਾ ਤਾਂ ਪੰਡਤਾਂ ਵਾਲਾ ਹੀ ਸੀ ਪਦੈਸ਼ਤਾ ਪੰਡਤਾਂ ਦੇ ਘਰੇ ਹੋਈ ਸੀ ਜੇ ਆਪਾਂ ਛੇਰ ਨੂੰ ਭੇਡਾਂ ਦੇ ਜੜਜੇ ਛੱਡੀ ਰੱਖੀ ਤਾਂ ਭੇਡ ਤਾਂ ਨਹੀਂ ਪਣ ਜਾਂਦਾ ਨਾਲੇ ਬੀਜ ਜੇ ਆਪਾਂ ਬਾਬੇ ਰਾਮਦੇਵ ਨੂੰ ਇਉਂ ਚੱਪਿਆਂ ਤੇ ਗਿੱਠਾਂ ਨਾਲ ਮਿਲਣ ਲੱਗ ਪਏ ਤਾਂ ਸਮਝੋ ਕੁਛ ਨਹੀਂ ਥਿਹਾਣਾ ਸਾਨੂੰ ਉਹਦਾ ਉਹ ਤਾਂ ਕਈ ਧਾਤਾਂ ਦਾ ਬਣਿਆ ਮੂਰਖ ਸੀ ਜ਼ੈਲਦਾਰ ਬਿਸ਼ਨ ਸਿੰਘ ਦੀ ਗੱਲ ਨਾਲ ਇੱਕ ਬੋਝਲ ਚੁੱਪ ਫੇਰ ਫਸਰ ਗਈ ਮੂੰਹੋਂ ਤਾਂ ਭਾਵੇਂ ਕੋਈ ਨਹੀਂ ਬੋਲ ਰਿਹਾ ਸੀ ਪਰ ਅੰਦਰੋਂ ਸਭ ਹੁਣ ਬਾਬੇ RAMDEV ਨੂੰ ਚੱਪਿਆਂ ਗਿੱਠਾਂ ਨਾਲ ਮਿਲ ਰਹੇ ਸੀ ਬਾਬੇ RAMDEV ਦੇ ਜਿਉਂਦੇ ਜੀਤ ਹੈ ਇਸ ਪਿੰਡ 'ਚ ਕਦੇ ਕਿਸੇ ਦਾ ਵੀ ਧਿਆਨ ਨਹੀਂ ਸੀ ਗਿਆ ਕਿ ਬਾਬਾ ਕੌਣ ਹੈ ਵੱਧ ਤੋਂ ਵੱਧ ਜੇ ਕਿਸੇ ਨੇ ਸੋਚਿਆ ਸੀ ਤਾਂ ਇੰਨਾ ਕਹੀ ਇੰਨਾ ਕਹੀ ਕਿ RAMDEV ਬਾਬੇ ਦੇ ਝੰਡ ਬੰਗ ਪਿੰਡ 'ਚ ਜੜ੍ਹਾਂ ਲਾ ਗਿਆ ਸੀ ਜਣੀ ਦੋਨਾਂ ਦੀ ਇੱਕੋ ਕਹਾਣੀ ਸੀ ਕਹਿੰਦੇ ਸਨ ਗੁਰੂ ਸਾਹਿਬ ਨੇ ਲੱਖੀ ਜੰਗਲ 'ਚੋਂ ਲੰਘ ਕੇ ਤਲਵੰਡੀ ਸਾਬੋ ਨੂੰ ਜਾਂ ਜਾਂਦੇ ਆ ਇਸ ਸਾਥ ਵਾਲੀ ਥਾਂ ਉੱਤੇ ਵਿਸ਼ਰਾਮ ਕੀਤਾ ਸੀ ਤਾਪ ਦੇ ਕਿਨਾਰੇ ਜਿਸ ਕਿल्ले ਨਾਲ ਉਹਨਾਂ ਨੇ ਆਪਣਾ ਘੋੜਾ ਬੰਨਿਆ ਸੀ ਉਹ ਹਰਾ ਹੋ ਕੇ ਬਾਅਦ ਵਿੱਚ ਬਾਬੇ ਦਾ ਝੰਡਾ ਖਵਾਉਣ ਲੱਗ ਗਿਆ। ਇਹ ਛਾਂ ਵਾਲੇ ਇਸ ਝੰਡ ਤੋਂ ਵਰ ਮੰਗੇ ਜਾਂਦੇ ਸਨ ਤੇ ਲੋਕਾਂ ਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਜਿਹੜਾ ਕਿਲਾ ਬਾਬੇ ਨੇ ਗੱਡਿਆ ਸੀ ਉਹ ਝੰਡਾ ਹੀ ਸੀ ਕਿ ਪਿੰਪਲ ਦਾ ਆ ਕੇ ਕਰੀਰ ਦਾ ਕੇ ਕੋਈ ਹੋਰ। ਬਾਬਾ RAM ਦੇ ਵੀ ਕਿਦਰੇ ਨੈਣਾ ਦੇਵੀ ਵੱਲੋਂ ਜ਼ੈਲਦਾਰ ਵਿਸ਼ਨ ਸਿੰਘ ਨਾਲ ਆਇਆ ਸੀ ਤੇ ਫਿਰ ਪਿੰਡ 'ਚ ਜੜ੍ਹਾਂ ਲਾ ਗਿਆ ਸੀ। ਜ਼ੈਲਦਾਰ ਆਪਣੇ ਸੋਕੜੇ ਦੀ ਬਿਮਾਰੀ ਵਾਲੇ ਬੱਚੇ ਨੂੰ ਨੈਣਾ ਦੇਵੀ ਵੱਲ ਇਸੇ ਡੇਰੇ 'ਚ ਲੈ ਕੇ ਗਿਆ ਸੀ ਤੇ ਉਹਦੀ ਜਾਣ ਪਛਾਣ ਬਾਬੇ ਰਾਮਦੇਵ ਨਾਲ ਹੋ ਗਈ ਸੀ ਬਾਬੇ ਰਾਮਦੇਵ ਨੇ ਵਿਸ਼ਨ ਸਿੰਘ ਦੀ ਚਿੜੀ ਦੇ ਬੋਟਰਗੇ ਮੁੰਡੇ ਨੂੰ ਠੀਕ ਕਰਕੇ ਆਪਣੀ ਥਾਂ ਕੱਲੇ ਵਿਸ਼ਨ ਸਿੰਘ ਦੇ ਦਿਲ 'ਚ ਹੀ ਨਹੀਂ ਸਗੋ ਸਾਰੇ ਪਿੰਡ ਦੇ ਦਿਲ 'ਚ ਬਣਾ ਲੇ ਸੀ ਤੇ ਜੇ ਕਦੀ ਕੋਈ ਵਿਸ਼ਨ ਸਿੰਘ ਤੋਂ ਬਾਬੇ ਰਾਮਦੇਵ ਦੇ ਪਿੱਛੇ ਬਾਰੇ ਪੁੱਛਦਾ ਤਾਂ ਉਹ ਗੋਖੜਿਆ ਕੜਾਇਆ ਉੱਤਰ ਦਿੰਦਾ ਫਲਿਆ ਮਾਨਸਾ ਤੂੰ ਪਾਣੀ ਪੀਣਾ ਕਿ ਖੂ ਦਾ ਚੱਕ ਵੇਖਣਾ ਤੂੰ ਆਪਦੀ ਤੇ ਮਾਰ ਤੇ ਰਸਤਾ ਰਗੜ ਤੂੜੇਵੇਂ ਲੈਣੇ ਆ ਬਾਬੇ ਦੇ ਅੱਗੇ ਪਿੱਛੇ ਤੋਂ ਤੇ ਅਸਲ 'ਚ ਬਿਸ਼ਨ ਸਿੰਘ ਨੇ ਕਦੇ ਆਪ ਵੀ ਇਹ ਨਹੀਂ ਸੀ ਪੁੱਛਿਆ ਕਿ ਭਾਵੇਂ ਬਾਬੇ ਨਾਲ ਉਹਦੀ ਬਹੁਤ ਨੇੜਤਾ ਸੀ ਉਹਨੂੰ ਵੀ ਬਾਬਾ ਉਹਨੂੰ ਵੀ ਮਾੜਾ ਮੋਟਾ ਬਾਬੇ ਨਾਲ ਕੀਤੀਆਂ ਸਰਸਰੀ ਗੱਲਾਂ ਤੋਂ ਹੀ ਪਤਾ ਲੱਗਿਆ ਸੀ ਕਿ ਬਾਬੇ RAMDEEP ਦਾ ਪਿੱਛਾ ਨਾਭਾ ਰਿਆਸਤ ਦਾ ਸੀ ਤੇ RAMDEEP ਦੇ ਦਾਦੇ ਨੇ ਆਪਣੀ ਵਿਧਵਾ ਧੀ ਦਾ ਦੂਜਾ ਵਿਆਹ ਬਰਾਦਰੀ ਤੋਂ ਬਾਹਰ ਹੀ ਹੁਕੇ ਕਰਤਾ ਸੀ ਬਰਾਦਰੀ ਨੇ ਉਹਨਾਂ ਨੂੰ ਦੱਸੇ ਬ੍ਰਾਹਮਣ ਦਾ ਕਲੰਕ ਲਾ ਕੇ ਉਹਨਾਂ ਦਾ ਭਾਂਡਾ ਛੇਕਦਾ ਸੀ ਰਾਮਦੇਵ ਦੇ ਮਾਪੇ ਬਰਾਦਰੀ ਤੋਂ ਵਿਛੜੇ ਹਾਵੇ ਪਰਦੇ ਮਰ ਗਏ ਸੀ ਤੇ ਵੱਡਾ ਭਰਾ ਰਾਜੇ ਦੀ ਫੌਜ ਚ ਭਰਤੀ ਹੋ ਗਿਆ ਸੀ। ਰਾਮਦੇਵ ਗੁਰੂਕੁਲ ਦੇ ਆਸ਼ਰਮ ਵਿੱਚ ਵੈਦਗੀਰੀ ਸਿੱਖਣ ਤੁਰ ਗਿਆ ਸੀ। ਉੱਥੇ ਵੀ ਮਨ ਉਚਾਟ ਹੋਇਆ ਤਾਂ ਬਿਸ਼ਨ ਸਿੰਘ ਨਾਲ ਤੋਰਾਇਆ ਸੀ ਤੇ ਪਹਿਲਾਂ-ਪਹਿਲਾਂ ਬਾਬਾ ਰਾਮਦੇਵ ਇਸ ਪਿੰਡ ਚ ਦਵਾਈ ਬੂਟੀ ਜਾਂਦਾ ਸੀ ਫਿਰ ਉਹਦੀ ਭਲ ਨਾਲ ਦੇ ਪਿੰਡਾਂ ਤੱਕ ਫੈਲ ਗਈ। ਇੰਉਂ ਉਹਦੀ ਜਾਣ ਪਛਾਣ ਦਾ ਘੇਰਾ ਮੁਕਲਾ ਹੁੰਦਾ ਗਿਆ। ਜੇ ਕਿਸੇ ਨੇ ਕੁੜੀ ਮੁੰਡੇ ਦਾ ਸਾਥ ਕਰਨਾ ਹੁੰਦਾ ਤਾਂ ਉਹ ਵੀ ਬਾਬੇ ਦੀ ਇਸ ਜਾਣ ਪਛਾਣ ਦਾ ਲਾਭ ਉਠਾ ਲੈਂਦਾ ਹੌਲੀ ਹੌਲੀ ਬਾਬਾ ਹਰ ਮਸਾਲੇ ਪਿਪਲਾ ਮੂਲ ਬਣ ਗਿਆ ਉਹ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਵੀ ਪਾ ਦਿੰਦਾ ਸਰਾਦ ਵੀ ਖਾ ਹੁੰਦਾ ਹਿੰਦੂਆਂ ਦੇ ਘਰਾਂ 'ਚ ਗਰ ਗਰੜ ਪੁਰਾਣ ਦੀ ਕਥਾ ਵੀ ਕਰ ਹੁੰਦਾ ਬਾਬੇ ਰਾਮਦੇਵ ਵਿੱਚ ਸਭ ਤੋਂ ਵੱਡੀ ਖੂਬੀ ਇਹ ਸੀ ਕਿ ਉਹਨੇ ਕਦੇ ਕਿਸੇ ਤੋਂ ਮੂੰਹ ਮੰਗ ਕੇ ਪੈਸੇ ਨਹੀਂ ਸਿਲੇ ਭਾਵੇਂ ਕਦੇ ਕਿਸੇ ਨੇ ਉਹਦੇ ਪੈਸੇ ਰੱਖੇ ਵੀ ਨਹੀਂ ਸੀ ਸਗੋਂ ਬਾਬਾ ਤਾਂ ਜਿਵੇਂ ਬੈਂਕ ਲੋਕਰ ਹੋਵੇ ਕਈ ਜਨਾਨੀਆਂ ਆਪਣੀ ਗੋਜੀ ਦੇ ਪੈਸੇ ਬਾਬੇ ਨੂੰ ਅਮਾਨਤ ਵਜੋਂ ਸੰਭਾਲ ਜਾਂਦੀਆਂ ਲੋੜ ਪਈ ਤੋਂ ਲੈ ਜਾਂਦੀਆਂ ਬਾਬਾ RAMDEV ਕਿਸੇ ਦੇ ਵੀ ਅੱਧੇ ਬੋਲ ਨਾਲ ਉਹਦੇ ਘਰ ਪਹੁੰਚਦਾ ਸੀ ਫਿਰ ਕਿਸੇ ਨੂੰ ਕੀ ਲੋੜ ਸੀ ਉਹਦਾ ਅੱਗਾ ਪਿਛਾ ਫਰੋਲਦੇ ਫਿਰਨ ਦੀ ਲੋਕਾਂ ਦਾ ਤਾਂ ਨਾਲੇ ਸੁਭਾਈ ਇਹ ਹੁੰਦਾ ਕਿ ਉਹ ਹਲ ਬੋਂਦੇ ਆ ਪਰ ਇਹ ਕਦੋਂ ਸੋਚਦੇ ਆ ਕਿ ਇਹਦੀ ਕਾੜ ਕਿਹਨੇ ਕੱਢੀ ਸੀ ਉਹ ਲੋਕ ਗੀਤ ਗਾਉਂਦੇ ਆ ਪਰ ਇਹ ਕਦੋਂ ਸੋਚਦੇ ਆ ਵੀ ਇਹ ਕਿਹਨੇ ਬਣਾਇਆ ਸੀ ਤੇ ਅੱਜ ਜਦੋਂ ਇਹ ਸਭ ਕੁਝ ਜਾਣਨ ਦੀ ਲੋੜ ਪਈ ਸੀ ਤਾਂ ਲੋਕ ਆਪਣੀਆਂ ਉਂਗਲਾਂ ਟੁੱਕ ਦੇ ਚੁੱਪ ਬੈਠੇ ਸੀ ਵਿਸ਼ਨ ਸਿੰਘ ਦੀ ਗੱਲ ਦਾ ਮੋੜਾ ਕਿਸੇ ਨੇ ਨਾ ਦਿੱਤਾ ਤਾਂ ਉਹਨੇ ਸਮਝਿਆ ਕਿ ਉਹਦੀ ਗੱਲ ਅੰਦਰੇ ਅੰਦਰ ਹੀ ਲੋਕਾਂ ਨੇ ਮੰਨ ਲਈ ਸੀ ਪਰ ਉਹਦਾ ਇਹ ਖਿਆਲ ਗਲਤ ਨਿਕਲਿਆ ਜਦੋਂ ਜੰਗੀਰ ਸਿੰਘ ਸਿੱਖ ਆਪਣਾ ਭਰਵਾ ਦਾੜਾ ਪਲੋਸਦਾ ਖੜਾ ਹੋ ਕੇ ਉਹਦੇ ਵਿਰੋਧ ਉਹਦਾ ਵਿਰੋਧ ਕਰਨ ਲੱਗ ਪਿਆ ਵਿਸ਼ਨ ਸਿੰਘ ਆ ਤੂੰ ਸਿਆਣਾ ਬਿਆਣਾ ਸਾਰੀ ਉਮਰ ਮਹਾਤਮਾ ਬੰਦੇ ਦੀ ਸੰਗਤ ਵੀ ਕਰਦਾ ਰਿਹਾ ਪਰ ਲੱਗਦਾ ਅਮਲ ਨਹੀਂ ਕੀਤਾ ਮਿਆ ਨਾ ਬੰਦੇ ਦਾ ਜਨਮ ਤੋਂ ਨਹੀਂ ਅਮਲ ਤੋਂ ਨਿਬੇੜਾ ਹੁੰਦਾ ਬਾਬੇ RAM DEEP ਦੇ ਕਰਮ ਵੇਖੋ ਭਾਈ ਕਿਵੇਂ ਸਾਰੀ ਉਮਰ ਸਿੱਖੀ ਰਹਿਤ ਰੱਖੀ ਐ ਨੇ ਕੋਈ ਬੁੱਧੀ ਵਾਲਾ ਪੰਡਤ ਉਹਦੀ ਕੀ ਰੀਸ ਕਰ ਜੂ ਉਹਨੂੰ ਬ੍ਰਾਹਮਣ ਆ ਕੇ અપਮਾਨ ਨਾ ਕਰੋ ਉਹਦਾ ਸਾਰੀ ਉਮਰ ਬਗਾਨੇ ਪਿੰਡ ਦੇ ਢਿੱਡ ਚ ਵੜ ਕੇ ਜੀਵਿਆ ਕਰਮਾਂ ਵਾਲਾ ਜੰਗੀਰ ਸਿੱਖ ਦੀ ਗੱਲ ਨਾਲ ਲੋਕਾਂ ਦਾ ਧਿਆਨ ਹੋਰ ਪਾਸੇ ਮੁੜ ਗਿਆ ਉਹ ਹੁਣ ਬੱਬਾ RAM DEEP ਦੀ ਰਹਿਤ ਤੇ ਅਮਲਾਂ ਦਾ ਹਿਸਾਬ ਕਿਤਾਬ ਲਾਉਣ ਲੱਗੇ ਬਾਬੇ RAM DEEP ਦਾ ਪਹਿਰਾਵਾ ਨਾ ਤਾਂ ਪੂਰਾ ਸਿੱਖਾਂ ਵਾਲਾ ਹੁੰਦਾ ਸੀ ਨਾ ਹੀ ਸੰਕੀ ਪੰਡਤ ਅਮਰ ਦਾ ਉੱਚਾ ਕੁੜਤਾ ਚਾਦਰਾਂ ਭਗਵੇਂ ਰੰਗ ਦੀ ਪੱਗ ਤੇ ਪਟਸਨ ਦੇ ਸਲੀਪਰ ਪਾ ਕੇ ਰੱਖਦਾ ਉਹਦੇ ਮੋਢੇ ਉੱਤੇ ਭਗਵੇਂ ਰੰਗ ਦਾ ਸਾਫਾ ਸੁਟਿਆ ਹੁੰਦਾ ਹੱਥ 'ਚ ਉਹਦੇ ਹਰਦوار ਤੋਂ ਲਿਆਂਦੀ ਨਕਾਸ਼ੀਦਾਰ ਸੋਟੀ ਹੁੰਦੀ ਭਰਵੀ ਦਾੜੀ ਉਹਨੇ ਬੜੇ ਸਲੀਕੇ ਨਾਲ ਜੂੜੀ ਬਣਾ ਕੇ ਟੰਗੀ ਹੁੰਦੀ ਤੇ ਠੋਡੀ ਕੋਲੇ ਇਉਂ ਟਵਾਜਾ ਬਣ ਜਾਂਦਾ ਜਿਵੇਂ ਨਦੀ ਦਾ ਭਮਰ ਹੋਵੇ ਜਵਾਨੀ 'ਚ ਦੰਦਾ ਚਲੁਆញੋਂ ਸੋਨੇ ਦੀਆਂ ਮੇਖਾਂ ਤੇ ਪਾਸੇ ਵਾਲੇ ਸੂਏ ਦੰਦ ਉੱਤੇ ਚੜਾਏ ਸੋਨੇ ਦੇ ਪੁੱਲਰੇ ਉਹਨੇ ਬੁਢਾਪੇ 'ਚ ਵੀ ਨਹੀਂ ਲੁਆਏ। ਬਾਬੇ RAM ਦੇਵ ਦਾ ਖਾਣ ਪੀਣ ਵੀ ਕੁਝ ਜਿਹਾ ਹੀ ਸੀ। ਉਹਨੇ ਕਦੀ ਕੋਈ ਮੀਨ ਮੇਖ ਨਹੀਂ ਸੀ ਕੀਤੀ। ਕਿਸੇ ਦੇ ਘਰੇ ਜੋ ਰਿੱਜਿਆ ਪੱਕਿਆ ਹੁੰਦਾ ਖਾ ਲੈਂਦਾ। ਉਹ ਮੀਟ ਮੁਰਗਾ ਵੀ ਖਾ ਲੈਂਦਾ ਸੀ ਤੇ ਕਿਸੇ ਵਿਆਹ ਸ਼ਾਦੀ ਸਮੇਂ ਸ਼ਰਾਬ ਦਾ ਇੱਕ ਅੱਧਾ ਪੈਗ ਵੀ ਸੇਵਨ ਕਰ ਲੈਂਦਾ ਸੀ। ਪਰ ਕਦੇ ਕਿਸੇ ਨੇ ਉਹਦੀ ਐਬ ਨਹੀਂ ਸੀ ਗਿਣੇ। ਅਸਲ 'ਚ ਬਾਬਾ RAM ਦੇਵ ਕੋਲੇ ਉਹ ਸਲੀਕਾ ਤੇ ਸ਼ਿਸ਼ਟਾਚਾਰ ਸੀ ਜਿਹੜਾ ਸ਼ਰਾਬ ਨੂੰ ਵੀ ਗੰਗਾ ਜਲੀ ਬਣਾ ਦਿੰਦਾ ਸੀ ਉਹਦੀ ਹਰ ਕਿਰਿਆ 'ਚ ਇੱਕ ਮर्याਦਾ ਸੀ ਉਹ ਸਵੇਰੇ ਉੱਠਦਾ ਤਾਂ ਪਾਣੀ ਵਾਲਾ ਤੁੰਬਾ ਫੜੀ ਦੂਰ ਖੇਤਾਂ ਵੱਲ ਨਿਕਲ ਜਾਂਦਾ ਧੰਨਵਾਦ